ਜੇ ਹਿੰਮਤ ਹੈ ਸੁਖਬੀਰ ਸਿੰਘ ਬਾਦਲ ਦੇ ਪਰਚਾ ਦੇਖ ਦੋ, ਜੇ ਹਿੰਮਤ ਹੈ ਸੁਖਬੀਰ ਸਿੰਘ ਬਾਦਲ ਦੇ ਪਰਚਾ ਦੇਖ ਦੋ। ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣਨ ਕਾਰਨ ਪੁਲਿਸ ਨੇ ਕੀਤੀ ਵੱਡੀ ਕਾਰਵਾਈ। ਪੰਜਾਬ ਭਰ ਦੇ ਧਰਨਿਆਂ ਕਾਰਨ ਸੀਨੀਅਰ ਅਕਾਲੀ ਆਗੂਆਂ ਸਮੇਤ 1000 ਦੇ ਕਰੀਬ ਅਕਾਲੀ ਵਰਕਰਾਂ 'ਤੇ ਦਰਜ ਹੋਏ ਪਰਚੇ। ਇੱਧਰ ਚੁੱਕਿਆ ਗਿਆ ਧਰਨਾ, ਉੱਧਰ ਕੇਸ ਦਰਜ। ਸੋਚਦੇ ਕਿ 307 ਦਾ ਪਰਚਾ ਦੇ ਕੇ ਅਕਾਲੀ ਦਲ ਦੇ ਵਰਕਰਾਂ ਨੂੰ ਡਰਾ ਲਓਗੇ? ਆ ਨੋਨੀ ਮਾਰ ਖੜਾ ਦਿੱਤੇ 307 ਦਾ ਪਰਚਾ, ਹਿੰਮਤ ਰੱਖੋ। ਜੇ ਪਰਚਾ ਦਿੱਤਾ ਤੇ ਹਿੰਮਤ ਵੀ ਰੱਖੋ ਕਿ ਇੱਥੇ ਆ ਕੇ ਹੱਥ ਕਰਕੇ ਫੜ ਕੇ ਤਾਂ ਦੇਖੋ। ਜੇ ਹਿੰਮਤ ਹੈ ਸੁਖਬੀਰ ਸਿੰਘ ਬਾਦਲ ਦੇ ਪਰਚਾ ਦੇਖ ਦੋ, ਜੇ ਹਿੰਮਤ ਹੈ ਸੁਖਬੀਰ ਸਿੰਘ ਬਾਦਲ ਦੇ ਪਰਚਾ ਦੇਖ ਦੋ। ਸੁਖਬੀਰ ਬਾਦਲ ਦੁਆਰਾ 7 ਦਸੰਬਰ ਨੂੰ ਕੈਪਟਨ ਸਰਕਾਰ ਨੂੰ ਦਿੱਤੇ ਚੈਲੇਂਜ ਦਾ ਕੈਪਟਨ ਸਰਕਾਰ ਨੇ ਜਵਾਬ ਦੇ ਦਿੱਤਾ। 8 ਦਸੰਬਰ ਦੀ ਰਾਤ ਨੂੰ ਕਰੀਬ 1000 ਅਕਾਲੀਆਂ ਖਿਲਾਫ ਪਰਚੇ ਦਰਜ ਹੋਏ, ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਸ਼ਾਮਿਲ ਨੇ। ਅਕਾਲੀਆਂ ਖਿਲਾਫ ਫਿਰੋਜ਼ਪੁਰ, ਪਠਾਨਕੋਟ, ਲੁਧਿਆਣਾ, ਬਠਿੰਡਾ ਅਤੇ ਭਵਾਨੀਗੜ੍ਹ ਸਮੇਤ ਕਈ ਥਾਣਿਆਂ ਵਿੱਚ ਪਰਚੇ ਦਰਜ ਕੀਤੇ ਗਏ ਨੇ। ਦਰਜ ਕੀਤੇ ਮਾਮਲਿਆਂ ਵਿੱਚ ਧਾਰਾ 341, 283, 431, 188, 148 ਅਤੇ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 8B ਤਹਿਤ ਮਾਮਲੇ ਦਰਜ ਹੋਏ ਨੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਅਕਾਲੀ ਦਲ ਧਰਨਿਆਂ 'ਤੇ ਬੈਠਾ ਸੀ। ਇਸ ਦੌਰਾਨ ਆਵਾਜਾਈ ਰੋਕ ਦੇਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਰੀਕੇ ਪੱਤਣ ਵਿਖੇ DIG ਫਿਰੋਜ਼ਪੁਰ ਦੇ ਧਰਨੇ ਵਿੱਚ ਜਾਣ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਸੀ, ਜਿਸ ਵੇਲੇ ਸੁਖਬੀਰ ਬਾਦਲ ਨੇ ਇਹ ਐਲਾਨ ਵੀ ਕੀਤਾ ਸੀ ਕਿ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਅਤੇ ਉਹਨਾਂ ਦੀ ਜਿੱਤ ਹੋਈ ਹੈ। DSP ਅਤੇ SHO ਦੀ ਬਦਲੀ ਅਤੇ ਹੋਰ ਸਾਰੀਆਂ ਕਾਰਵਾਈਆਂ ਨੂੰ ਜਿੱਤ ਦੱਸਦੇ ਹੋਏ ਸੁਖਬੀਰ ਬਾਦਲ ਦੀ ਖੁਸ਼ੀ ਰਾਤ ਨੂੰ ਹੀ ਗਮੀ 'ਚ ਬਦਲ ਗਈ, ਜਦੋਂ ਰਾਤ ਨੂੰ ਪੁਲਿਸ ਨੇ ਇਹ 1000 ਦੇ ਕਰੀਬ ਅਕਾਲੀਆਂ ਖਿਲਾਫ਼ ਕੇਸ ਦਰਜ ਕੀਤੇ। ਫਿਰੋਜ਼ਪੁਰ ਦੇ ਵੱਖ ਵੱਖ ਥਾਣਿਆਂ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ, ਹਰੀ ਸਿੰਘ ਜ਼ੀਰਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ 262 ਹੋਰਨਾਂ ਅਕਾਲੀ ਆਗੂਆਂ ਖਿਲਾਫ਼ ਕੇਸ ਦਰਜ ਕੀਤੇ ਗਏ ਨੇ। ਉੱਧਰ ਫਤਿਹਗੜ੍ਹ ਸਾਹਿਬ ਵਿੱਚ MP ਪ੍ਰੇਮ ਸਿੰਘ ਚੰਦੂਮਾਜਰਾ ਅਤੇ 400 ਵਰਕਰਾਂ ਖਿਲਾਫ਼, ਲੁਧਿਆਣਾ ਵਿੱਚ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ ਇੰਦਰ ਸਿੰਘ ਗਰੇਵਾਲ ਸਮੇਤ 600 ਆਗੂਆਂ ਖਿਲਾਫ਼, ਬਠਿੰਡਾ ਵਿੱਚ 50, ਪਠਾਨਕੋਟ ਵਿੱਚ 25 ਅਤੇ ਭਵਾਨੀਗੜ੍ਹ ਵਿੱਚ 50 ਪਰਚੇ ਦਰਜ ਕੀਤੇ ਗਏ ਨੇ।